ਹੈਲੋ ਦੋਸਤੋ, ਅਸਲਾਮ ਵਾਲੇਕੁਮ। ਮੁਹੰਮਦ ਆਉਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਤੁਸੀਂ ਵੇਖ ਰਹੇ ਹੋ PK ਟਰੈਕਟਰ ਸਟੰਟਸ YouTube ਚੈਨਲ। ਅੱਜ ਦੀ ਦੋਸਤੋ ਵੀਡੀਓ ਦੇ ਵਿੱਚ ਟਰੈਕਟਰ ਤੁਹਾਡੇ ਵਾਸਤੇ ਲਿਆਂਦਾ ਹੈ ਜੀ, ਮੇਸੀ ਫਰਗੋਸਨ 385। ਟਰੈਕਟਰ ਦਾ ਮਾਡਲ ਹੈ ਜੀ 2019। ਟਰੈਕਟਰ ਟੋਟਲ ਜੈਨੂਅਨ ਹੈ ਜਿਵੇਂ ਆਦਿ ਹੁੰਦੇ ਨੇ, ਬੰਪਰ ਟੂ ਬੰਪਰ ਜੈਨੂਅਨ, ਅਤੇ ਬਿਲਕੁਲ ਇੰਜ ਦੀ ਟਰੈਕਟਰ ਦੀ ਕੰਡੀਸ਼ਨ ਹੈ। ਕਿਸੇ ਟਰੈਕਟਰ ਦੇ ਹਿੱਸੇ ਨੂੰ ਚਾਬੀ ਪਾਨਾ ਜਿਹੜਾ ਉਹ ਅਜੇ ਤੱਕ ਨਹੀਂ ਲੱਗਾ। ਟਰੈਕਟਰ ਦਾ ਅੱਗੇ ਵਾਲਾ ਜਿਹੜਾ ਹਿੱਸਾ ਹੈ ਉਹ ਚੈੱਕ ਕਰ ਲਓ। ਸਪਿੰਡਲ ਵੇਖ ਲਓ, ਅੱਗੇ ਵਾਲੇ ਟਾਇਰਾਂ ਦੀ ਕੰਡੀਸ਼ਨ ਵੇਖ ਲਓ, ਰਿਮ ਟਰੈਕਟਰ ਦੇ ਚੈੱਕ ਕਰ ਲਓ। ਅੱਗੇ ਵਾਲਾ ਹਿੱਸਾ ਟਰੈਕਟਰ ਦਾ ਬਿਲਕੁਲ ਬਿਹਤਰੀਨ ਹੈ, ਅਤੇ ਟਰੈਕਟਰ ਦਾ ਜਿਹੜਾ ਇੰਜਣ ਹੈ ਉਹ ਵੀ ਬਿਲਕੁਲ ਜ਼ਬਰਦਸਤ ਅਤੇ ਬਿਲਕੁਲ ਸਟੈਂਡਰਡ, ਅਤੇ ਗੇਅਰ ਹਿੱਸਾ ਵੀ ਟਰੈਕਟਰ ਦਾ ਬਿਲਕੁਲ ਬੇਆਵਾਜ਼ ਹੈ। ਮਾੜੀ ਗਾਹ ਟਰੈਕਟਰ ਦੇ ਵੇਖ ਲਓ ਜੀ, ਅਤੇ ਪੈਦਾਨਾ ਦੀ ਕੰਡੀਸ਼ਨ ਜਿਹੜੀ ਉਹ ਵੀ ਚੈੱਕ ਕਰ ਲਓ। ਪਿੱਛੇ ਵਾਲੇ ਜਿਹੜੇ ਟਾਇਰ ਹਨ ਟਰੈਕਟਰ ਦੇ ਉਹ ਮਾਲਕ ਨਵੇਂ ਪਵਾਏ ਨੇ। ਕੰਡੀਸ਼ਨ ਟਾਇਰਾਂ ਦੀ ਜਿਹੜੀ ਤੁਹਾਡੇ ਸਾਹਮਣੇ 14-15 ਦੇ ਟਰੈਕਟਰ ਦੇ ਪਿੱਛੇ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ, ਅਤੇ ਬਾਕੀ ਰਿਮ ਵੀ ਟਰੈਕਟਰ ਦੇ ਵੇਖ ਲਓ। ਰਿਮ ਟਰੈਕਟਰ ਦੇ ਚਾਰੇ ਸਾਫ਼ ਹਨ, ਅਤੇ ਟਾਇਰ ਵੀ ਟਰੈਕਟਰ ਦੇ ਜਿਹੜੇ ਝਾਰੇ ਬਿਹਤਰੀਨ ਨੇ, ਅਤੇ ਕੱਟ ਕੁੱਟ ਜਿਹੜਾ ਟਰੈਕਟਰ ਦੇ ਕਿਸੇ ਟਾਇਰ ਨੂੰ ਵੀ ਨਹੀਂ ਲੱਗਾ, ਨਾ ਅੱਗੇ ਵਾਲੇ ਟਾਇਰਾਂ ਕੱਟੇ ਨਾ ਪਿੱਛੇ ਵਾਲੇ ਟਾਇਰਾਂ ਕੱਟੇ, ਕੱਟ ਤੋਂ ਟਾਇਰ ਜਿਹੜੇ ਨੇ ਬਿਲਕੁਲ ਸਾਫ਼ ਹਨ। ਅਤੇ ਬਾਕੀ ਦੋਸਤੋ ਇਹ ਪਿੱਛੇ ਵਾਲਾ ਟਰੈਕਟਰ ਦਾ ਜਿਹੜਾ ਹਿੱਸਾ ਹੈ ਉਹ ਤੁਸੀਂ ਵੇਖ ਲਓ, ਟਰੈਕਟਰ ਦੀਆਂ ਟੂਪਾਂ ਵੇਖ ਲਓ, ਲਿੰਕਾਂ ਚੈੱਕ ਕਰ ਲਓ। ਪਿੱਛੇ ਵਾਲਾ ਹਿੱਸਾ ਵੀ ਟਰੈਕਟਰ ਦਾ ਜਿਹੜਾ ਹੈ ਬਿਲਕੁਲ ਬਿਹਤਰੀਨ ਹੈ। ਟੂਪਾਂ ਜਿਹੜੀਆਂ ਟਰੈਕਟਰ ਦੀਆਂ ਹਨ ਉਹ ਆਪਣੇ ਜੈਨੂਅਨ ਕਿਲ ਕਾਬਲਿਆਂ ਦੇ ਵਿੱਚ ਮੌਜੂਦ ਹਨ, ਅਤੇ ਮਾੜੀ ਗਾਰਡ ਵੀ ਟਰੈਕਟਰ ਦੇ ਜਿਹੜੇ ਨੇ ਇਹ ਵੀ ਤੁਹਾਡੇ ਸਾਹਮਣੇ ਹਨ, ਬਿਲਕੁਲ ਸਿੱਧੇ ਪੱਧਰੇ ਹਨ, ਕੋਈ ਡਿੰਗ ਫੜਿੰਗ ਨਹੀਂ, ਤਰੁੱਟ ਬਾਜ ਨਹੀਂ। ਉੱਤੋਂ ਕੰਢ ਜਿਹੜੀ ਮਾੜੀ ਗਾਰਡਾਂ ਦੀ ਉਹ ਵੀ ਤੁਹਾਨੂੰ ਵਿਖਾ ਰਹੇ ਹਾਂ। ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਚੈੱਕ ਕਰ ਲਓ। ਟਰੈਕਟਰ ਨੂੰ ਦੋਸਤੋ ਛੱਤ ਲੱਗੀ ਹੋਈ, ਅਤੇ ਬਾਕੀ ਜਿਹੜਾ ਸਮਾਨ ਟਰੈਕਟਰ ਨੂੰ ਨਹੀਂ ਲੱਗਾ, ਛੱਤ ਲੱਗੀ ਹੋਈ ਟਰੈਕਟਰ ਨੂੰ। ਨੰਬਰ ਵੀ ਟਰੈਕਟਰ ਨੂੰ ਪੰਜਾਬ ਦਾ ਲੱਗੋ ਹੋਇਆ, ਠੀਕ ਹੈ ਜੀ। ਛੱਤ ਲੱਗੀ ਹੋਈ, ਨੰਬਰ ਪੰਜਾਬ ਦਾ ਟਰੈਕਟਰ ਨੂੰ ਲੱਗੋ ਹੋਇਆ, ਅਤੇ ਬਾਕੀ ਟਰੈਕਟਰ ਦੀ ਜਿਹੜੀ ਮੁਕੰਮਲ ਕੰਡੀਸ਼ਨ ਹੈ ਤਕਰੀਬਨ ਇਸ ਟਾਈਮ ਹੈ 14-14.5 ਨੇ। ਮਕੈਨੀਕਲ ਟਰੈਕਟਰ ਜਿਹੜਾ ਬਿਲਕੁਲ ਫਿੱਟ ਹੈ ਜੀ, ਸਲਫ ਸਟਾਰਟ, ਇੰਜਣ ਪੰਪ ਦਾਣੇ ਅਤੇ ਗੇਅਰ ਹਿੱਸਾ ਟਰੈਕਟਰ ਦਾ ਜਿਹੜਾ ਬਿਲਕੁਲ ਬੇਆਵਾਜ਼ ਹੈ। ਅਤੇ ਬਾਕੀ ਵੀ ਟਰੈਕਟਰ ਜਿਹੜਾ ਹੈ ਮੁਕੰਮਲ ਜੈਨੂਅਨ ਹੈ, ਕੋਈ ਕਿਸੇ ਹਿੱਸੇ ਨੂੰ ਟਰੈਕਟਰ ਦੇ ਨੂੰ ਅਜੇ ਤੱਕ ਜਿਹੜਾ ਚਾਬੀ ਪਾਨਾ ਨਹੀਂ ਲੱਗਾ, ਠੀਕ ਹੈ ਜੀ।
ਟਾਇਰ ਖਾਲੀ ਜਿਹੜੇ ਟਰੈਕਟਰ ਦੇ ਪਿੱਛੇ ਵਾਲੇ ਚੇਂਜ ਕਰਵਾਏ ਮਾਲਕਾਂ, ਬਾਕੀ ਸਾਰਾ ਟਰੈਕਟਰ ਜਿਹੜਾ ਹੈ ਜੈਨਵਾਨ ਹੈ। ਅੱਗੇ ਵਾਲੇ ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਜੈਨਵਾਨ ਨੇ, ਠੀਕ ਹੈ ਜੀ। ਬਾਕੀ ਇਹ ਦੂਜੀ ਸਾਈਡ ਤੋਂ ਟਰੈਕਟਰ ਦਾ ਜਿਹੜਾ ਇੰਜਣ ਹੈ ਇਹ ਤੁਸੀਂ ਵੇਖ ਲਓ, ਕਲਰ ਟਰੈਕਟਰ ਦਾ ਜਿਹੜਾ ਤੁਸੀਂ ਚੈੱਕ ਕਰ ਲਓ ਜੀ, ਸ਼ੋਅ ਦੀ ਕੰਡੀਸ਼ਨ ਵੇਖ ਲਓ, ਦੂਜੀ ਸਾਈਡ ਵਾਲੇ ਅੱਗੇ ਵਾਲੇ ਟਾਇਰ ਦੀ ਕੰਡੀਸ਼ਨ ਵੇਖ ਲਓ, ਬਿਲਕੁਲ ਦੋਸਤੋ ਸਾਫ਼ ਸੁਥਰਾ ਅਤੇ ਜ਼ਿਮੀਦਾਰ ਇਸਤੇਮਾਲ ਹੋਇਆ ਪਹਿਲੇ ਓਨਰ ਦੇ ਕੋਲ ਟਰੈਕਟਰ ਕਲਾ ਜੀ, ਫਸਟ ਓਨਰ ਟਰੈਕਟਰ ਜੀ, ਠੀਕ ਹੈ ਜੀ। ਲੋਕੇਸ਼ਨ ਟਰੈਕਟਰ ਦੀ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੰਦਾ, ਇਸ ਟਰੈਕਟਰ ਦੀ ਦੋਸਤੋ ਲੋਕੇਸ਼ਨ ਹੈ ਜੀ ਤਹਿਸੀਲ ਸਹੀਵਾਲ ਜ਼ਿਲ੍ਹਾ ਸਰਗੋਧਾ ਦੀ, ਠੀਕ ਹੈ ਜੀ। ਤਹਿਸੀਲ ਸਹੀਵਾਲ ਦੇ ਵਿੱਚ ਇਹ ਟਰੈਕਟਰ ਖਲਾ ਜੀ, ਲੋਕੇਸ਼ਨ ਟਰੈਕਟਰ ਦੀ ਜਿਹੜੀ ਉਹ ਸਹੀਵਾਲ ਦੀ ਹੈ। ਅਤੇ ਬਾਕੀ ਅਗਰ ਕੋਈ ਬੰਦਾ ਟਰੈਕਟਰ ਦੇ ਮਾਲਕ ਦੇ ਨਾਲ ਰਾਬਤਾ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦਾ ਰਾਬਤਾ ਨੰਬਰ ਹੈ ਜੀ 03262229972, ਠੀਕ ਹੈ ਜੀ। ਇਹ ਉਹਨਾਂ ਦਾ ਰਾਬਤਾ ਨੰਬਰ ਹੈ, ਇਸ ਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਠੀਕ ਹੈ ਜੀ। ਟਰੈਕਟਰ ਦੋਸਤੋ ਬਿਲਕੁਲ ਸਾਫ਼ ਹੈ, ਕੋਈ ਮਤਲਬ ਜਿਹੜਾ ਇੱਕ ਰੁਪਏ ਦਾ ਕੰਮ ਜਿਹੜਾ ਟਰੈਕਟਰ ਦਾ ਉਹ ਨਹੀਂ ਹੋਣ ਵਾਲਾ। ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਬਿਹਤਰੀਨ ਹਨ। ਟਰੈਕਟਰ ਦੋਸਤੋ ਸਾਰਾ ਜਿਹੜਾ ਬਿਲਕੁਲ ਕੰਡੀਸ਼ਨ ਦਾ ਸਾਫ਼ ਹੈ ਅਤੇ ਫਸਟ ਓਨਰ ਟਰੈਕਟਰ ਹੈ ਪਹਿਲੇ ਜ਼ਿਮੀਦਾਰ ਭਾਈ ਦੇ ਕੋਲ ਹੈ। ਅਤੇ ਬਾਕੀ ਜਿਹੜੀ ਮੁਕੰਮਲ ਟਰੈਕਟਰ ਦੀ ਕੰਡੀਸ਼ਨ ਹੈ ਉਹ 14 to 14:15 ਨੇ ਪਾਸ ਹੈ, ਠੀਕ ਹੈ ਜੀ। ਅਤੇ ਟਰੈਕਟਰ ਦੀ ਲੋਕੇਸ਼ਨ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੱਤੀ, ਤਹਿਸੀਲ ਸਹੀਵਾਲ ਦੀ ਟਰੈਕਟਰ ਦੀ ਲੋਕੇਸ਼ਨ ਹੈ ਅਤੇ ਟਰੈਕਟਰ ਦੇ ਮਾਲਕ ਦਾ ਜਿਹੜਾ ਰਾਬਤਾ ਨੰਬਰ ਹੈ ਉਹ ਵੀ ਤੁਹਾਨੂੰ ਦੇ ਦਿੱਤਾ ਹੈ 03262229972। ਇਹ ਟਰੈਕਟਰ ਦੇ ਮਾਲਕ ਦਾ ਰਾਬਤਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਟਰੈਕਟਰ ਦੇ ਮਾਲਕ ਦੇ ਨਾਲ ਕਾਲ ਕਰਕੇ ਵੀ ਰਾਬਤਾ ਕਰ ਸਕਦੇ ਹੋ ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਇਸ ਨੰਬਰ ਦੇ ਉੱਤੇ ਰਾਬਤਾ ਕਰ ਸਕਦੇ ਹੋ, ਠੀਕ ਹੈ ਜੀ। ਬਾਕੀ ਦੋਸਤੋ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਉਹ ਤੁਹਾਨੂੰ ਮੈਂ 1-1.5 ਮਿੰਟ ਦੇ ਵਿੱਚ ਦੱਸ ਦਿੱਤੀ, ਸਿਰਫ ਜਿਹੜੀ ਵੀਡੀਓ ਲੰਮੀ ਕਰਨ ਦਾ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਟਰੈਕਟਰ ਜਿਹੜਾ ਉਹ ਟਰੈਕਟਰ ਦਾ ਹਰ ਪਾਰਟ ਜਿਹੜਾ ਹੈ ਉਹ ਤੁਹਾਨੂੰ ਕਰੀਬ ਤੋਂ ਵਿਖਾਇਆ ਵੰਜੇ, ਕੋਈ ਚੀਜ਼ ਜਾਣੀ ਕਿ ਟਰੈਕਟਰ ਦੀ ਜਿਹੜੀ ਉਹ ਮਿਸ ਨਾ ਹੋਵੇ। ਇਸ ਵਾਸਤੇ ਵੀਡੀਓ ਜਿਹੜੀ ਉਹ ਮੈਂ ਲੰਮੀ ਬਣਾ ਕੇ ਅਤੇ ਆਪਣੇ ਵਿਊਅਰਸ ਦੇ ਸਾਹਮਣੇ ਪੇਸ਼ ਕਰਿਆ। ਅਤੇ ਬਾਕੀ ਦੋਸਤੋ ਜਿਵੇਂ ਵੀਡੀਓ ਜਿਹੜੀ ਉਹ ਬਣੀ ਗਈ ਹੈ ਇੰਝੇ ਤੁਹਾਡੇ ਸਾਹਮਣੇ ਪੇਸ਼ ਕੀਤੀ, ਇਹਦੇ ਉੱਤੇ ਕੋਈ ਵੀ ਮੈਂ ਐਕਸਟਰਾ ਜਿਹੜਾ ਕਲਰ ਵਗੈਰਾ ਜਾਂ ਫਿਲਟਰ ਵਗੈਰਾ ਨਹੀਂ ਲਾਇਆ, ਠੀਕ ਹੈ ਜੀ। ਵੀਡੀਓ ਜਿਹੜੀ ਉਹ ਜੈਨੂਇਨ ਹੈ, ਸਿਰਫ ਜਿਹੜੀ ਵਾਇਸ ਹੈ ਉਹ ਮੈਂ ਦੁਬਾਰਾ ਉੱਤੇ ਰਿਕਾਰਡ ਕਰ ਰਿਹਾ ਕਿਉਂਕਿ ਜਿਸ ਜਗ੍ਹਾ 'ਤੇ ਵੀਡੀਓ ਬਣੀ ਹੈ ਉਹ ਜਗ੍ਹਾ ਜਿਹੜੀ ਉਹ ਨਾਲ ਪੀਟਰ ਚੱਲੋ ਆਈ ਅਤੇ ਉਹਦਾ ਸ਼ੋਰ ਆਈ, ਇਸ ਵਾਸਤੇ ਵਾਇਸ ਜਿਹੜੀ ਉਹਦੀ ਸਮਝ ਨਾ ਆਈ ਆਵਣੀ, ਠੀਕ ਹੈ। ਬਾਕੀ ਵੀਡੀਓ ਜਿਹੜੀ ਉਹ ਜੈਨੂਇਨ ਹੈ, ਸਿਰਫ ਵਾਇਸ ਜਿਹੜੀ ਉਹ ਉੱਤੇ ਮੈਂ ਦੁਬਾਰਾ ਰਿਕਾਰਡ ਕਰ ਰਿਹਾ, ਠੀਕ ਹੈ ਜੀ। ਟਰੈਕਟਰ ਦੀ ਜਿਹੜੀ ਦੋਸਤੋ ਮਾਲਕ ਡਿਮਾਂਡ ਕਰ ਰਿਹਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ,
2019 ਮਾਡਲ ਹੈ, ਮੁਕੰਮਲ ਜੈਨੂਇਨ ਟਰੈਕਟਰ ਹੈ। ਇਸ ਵਾਸਤੇ ਟਰੈਕਟਰ ਦੀ ਜਿਹੜੀ ਡਿਮਾਂਡ ਹੈ ਉਹ ਵੀ ਮਾਲਕ ਜਿਹੜੀ ਉਹ ਥੋੜ੍ਹੀ ਜਿਹੀ ਜ਼ਿਆਦਾ ਕਰ ਰਿਹਾ ਹੈ। ਟਰੈਕਟਰ ਦੀ ਦੋਸਤੋ ਡਿਮਾਂਡ ਮਾਲਕ ਕਰ ਰਿਹਾ ਹੈ ਜੀ 28 ਲੱਖ ਰੁਪਏ। 28 ਲੱਖ ਰੁਪਏ ਡਿਮਾਂਡ ਵੈਸੇ ਟਰੈਕਟਰ ਦੀ ਜਿਹੜੀ ਉਹ ਬਹੁਤ ਜ਼ਿਆਦਾ ਹੈ। ਇਹ 25 ਲੱਖ ਰੁਪਏ ਦਾ ਟਰੈਕਟਰ ਹੈ, ਵੱਧ ਤੋਂ ਵੱਧ 26 ਲੱਖ ਰੁਪਏ ਦਾ। ਠੀਕ ਹੈ ਜੀ, ਅਤੇ ਟਰੈਕਟਰ ਦੀ ਡਿਮਾਂਡ ਮਾਲਕ ਬਹੁਤ ਜ਼ਿਆਦਾ ਮੰਡ ਕੇ ਕੀਤੀ, ਅਤੇ ਡਿਮਾਂਡ ਜਿਹੜੀ ਉਹ ਮੈਂ ਤੁਹਾਨੂੰ ਇਸ ਵਾਸਤੇ ਦੱਸ ਦਿੱਤੀ। 28 ਲੱਖ ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਹੈ, ਮੌਕੇ 'ਤੇ ਕਮੀ ਪੇਸ਼ੀ ਜਿਹੜੀ ਉਹ ਵੀ ਇਨਸ਼ਾਅੱਲਾ ਤੁਹਾਡੇ ਨਾਲ ਕੀਤੀ ਹੋਈ ਸੀ, ਜਿਹੜੀ ਥੋੜ੍ਹੀ ਬਾਲੀ ਹੋਈ ਉਹ ਮੌਕੇ 'ਤੇ ਇਨਸ਼ਾਅੱਲਾ ਤੁਹਾਡੇ ਨਾਲ ਕੀਤੀ ਹੋਈ ਸੀ। ਠੀਕ ਹੈ ਜੀ, ਬਾਕੀ ਉਮੀਦ ਕਰੇ ਨਾ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਨੂੰ ਜ਼ਰੂਰ ਅੱਛੀ ਲੱਗੀ ਹੋ ਸੀ, ਜ਼ਰੂਰ ਪਸੰਦ ਆਈ ਹੋ ਸੀ। ਅਗਰ ਵੀਡੀਓ ਤੁਹਾਨੂੰ ਜਿਹੜੀ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੇ ਸੋ, ਅਤੇ ਬਾਕੀ ਜਿਹੜੇ ਨਵੇਂ ਆਏ ਦੋਸਤ ਉਹਨਾਂ ਅੱਗੇ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਵੀ ਆਲ ਨੋਟੀਫਿਕੇਸ਼ਨ 'ਤੇ ਲਾਜ਼ਮੀ ਪ੍ਰੈਸ ਕਰੇ ਸੋ, ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਉਹਦਾ ਹੀ ਨੋਟੀਫਿਕੇਸ਼ਨ ਜਿਹੜੇ ਉਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਅਤੇ ਬਾਕੀ ਮਿਲਦੇ ਹਾਂ ਜੀ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ। ਵੀਡੀਓ ਮੁਕੰਮਲ ਵਾਚ ਕਰਨ ਦਾ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।